श्री राम जी की जन्मस्थली अयोध्या में आयोजित होने वाले पुराण प्रतिष्ठा समारोह के संबंध में पूरे हिंदू समुदाय विभिन्न राजनीतिक धार्मिक और सामाजिक संगठनों द्वारा हाथों में केसरी ध्वज को लेकर शोभा यात्रा का आयोजन किया गया। शोभा यात्रा में श्री राम, सीता माता और लक्ष्मण की प्रतिमा को फूलों की पालकी में सजाया गया था। शोभा यात्रा के स्वागत के लिए दुकानदारों ने जगह जगह सजावटी द्वार बनाए और लंगर लगाए। इस मौके पर सुंदर झांकियां भी प्रस्तुत की गयी। शोभा यात्रा में विधायक लखबीर सिंह राय, पूर्व विधायक कुलजीत सिंह नागरा, पूर्व विधायक व भाजपा जिला अध्यक्ष दीदार सिंह भट्टी ने शिरकत की और कहा कि 22 जनवरी को अयोध्या की धरती पर होने वाले समारोह के लिए सभी शहरवासियों ने ये शोभा यात्रा निकाली है और लोगों को समारोह में भाग लेने के लिए आमंत्रित किया गया है। उन्होंने कहा कि माननीय न्यायालय ने लोगों की मांग पर जो फैसला लिया है वह सराहनीय है और इस फैसले के आने से लोगों में खुशी की लहर है। देखते रहिए जी समाचार वेब टीवी। ਸੁਪਰੀਮ ਕੋਰਟ ਦਾ ਜੋ ਫੈਸਲਾ ਹੋਇਆ ਪੂਰੇ ਹਿੰਦੁਸਤਾਨ ਦੇ ਖੁਸ਼ੀ ਦੀ ਲਹਿਰ ਸੀ ਔਰ ਰਾਮ ਮੰਦਿਰ ਦੀ ਉਸਾਰੀ ਹੋ ਗਈ ਹੈ। ਬਹੁਤ ਵੱਡਾ ਉਤਸ਼ਾਹ ਹੈ ਲੋਕਾਂ 'ਚ, ਖਾਸ ਕਰ ਸਰਹੰਦ ਦੇ ਲੋਕਾਂ 'ਚ। ਅਸੀਂ ਦੇਖ ਸਾਰੇ ਫਿਰਕਿਆਂ ਨੇ ਮਿਲ ਕੇ ਅੱਜ ਸ਼ੋਭਾ ਯਾਤਰਾ ਕੱਢੀ ਹੈ ਖੁਸ਼ੀ ਦੇ ਵਿੱਚ। ਤੁਸੀਂ ਦੇਖੋਗੇ ਸਾਰਾ ਸਰਹੰਦ ਆ ਗਿਆ, ਸਾਰੇ ਲੋਕ ਆਏ ਨੇ। ਸੋ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਇਸ ਸਥਾਨ 'ਤੇ। ਜੈ ਸ਼੍ਰੀ ਰਾਮ। ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸ਼੍ਰੀ ਰਾਮ ਦੇ। ਮੈਂ ਸਭ ਤੋਂ ਪਹਿਲਾਂ ਪੂਰੇ ਸ੍ਰਿਸ਼ਟੀ 'ਤੇ ਜੋ ਜਿੰਨੇ ਰਾਮ ਭਗਤ ਨੇ ਭਗਵਾਨ ਰਾਮ ਜੀ ਦੇ ਸ਼ੋਭਾ ਯਾਤਰਾ 'ਤੇ ਆਉਣ ਵਾਲੇ ਜੋ ਅਯੋਧਿਆ ਮੰਦਿਰ ਦਾ ਜਿਹੜਾ ਉਦਘਾਟਨ ਹੋ ਰਿਹਾ ਆ ਭਗਵਾਨ ਰਾਮ ਜੀ ਦੀ ਉਸ ਪਵਿੱਤਰ ਸਥਾਨ ਦਾ, ਮੈਂ ਸਭ ਤੋਂ ਪਹਿਲਾਂ ਸਭ ਨੂੰ ਵਧਾਈ ਦਿੰਦਾ ਕਿ ਇਹ ਜਿਹੜਾ ਆਸਥਾ ਦਾ ਕੇਂਦਰ ਜਿੱਥੇ ਕਰੋੜਾਂ ਲੋਕਾਂ ਦੀ ਆਸਥਾ ਜਿਹੜੀ ਹੈਗੀ ਹੈ ਜੁੜੀ ਹੋਈ ਹੈ ਔਰ ਅੱਜ ਪੂਰੀ ਦੁਨੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜੋ ਹੈ ਇਸ ਗੱਲ ਦੀ ਖੁਸ਼ੀ ਹੈ ਔਰ ਇਸ ਭਗਵਾਨ ਰਾਮ ਜੀ ਦਾ ਜੋ ਚਰਿੱਤਰ ਹੈ, ਜੋ ਭਗਵਾਨ ਰਾਮ ਜੀ ਦੇ ਦਾ ਜੋ ਸੰਦੇਸ਼ ਹੈ ਉਹ ਸ਼ੋਭਾ ਯਾਤਰਾ ਜਿਹੜੀ ਹੈਗੀ ਹੈ ਉਹ ਪੂਰੇ ਸਾਡੇ ਇਸ ਪਵਿੱਤਰ ਸ਼ਹਿਰ ਫਤਿਹਗੜ੍ਹ ਸਾਹਿਬ ਦੀ ਇਸ ਧਰਤੀ 'ਤੇ ਉਹਦੇ ਦੁਆਰਾ ਦਿੱਤਾ ਜਾ ਰਿਹਾ ਹੈ ਔਰ ਬੜੀ ਸਦਭਾਵਨਾ ਦੇ ਨਾਲ ਹਰੇਕ ਵਰਗ ਦੇ ਲੋਕ ਇਹਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਔਰ ਮੈਂ ਸਮਝਦਾ ਹਾਂ ਕਿ ਇੱਕ ਬੜਾ ਵੱਡਾ ਆਸਥਾ ਦਾ ਜਿਹੜਾ ਇੱਕ ਆਸਥਾ ਦੀ ਗੱਲ ਹੈ ਔਰ ਉਹਦੇ ਨਾਲ ਜਿੱਥੇ ਭਗਵਾਨ ਰਾਮ ਜੀ ਨੂੰ ਯਾਦ ਕੀਤਾ ਜਾ ਰਿਹਾ ਉੱਥੇ ਇਸ ਸ਼ੋਭਾ ਯਾਤਰਾ ਦੀ ਦੇ ਵਿੱਚ ਆ ਕੇ ਉਹਦੀ ਸ਼ੋਭਾ ਸਾਰੇ ਵਰਗਾਂ ਦੇ ਲੋਕ ਜਿਹੜੇ ਨੇ ਉਹਨੂੰ ਵਧਾ ਰਹੇ ਨੇ ਉਹਦੇ ਵਾਸਤੇ ਮੈਂ ਸਭ ਨੂੰ ਵਧਾਈ ਦਿੰਦਾ। ਅੱਜ ਬਹੁਤ ਹੀ ਵੱਡੀ ਸ਼ੋਭਾ ਯਾਤਰਾ ਅਕਸ਼ਤ ਵਿਤਰਨ ਸਮਾਰੋਹ ਨੂੰ ਸਮਰਪਿਤ ਜੋ ਰਾਮ ਮੰਦਿਰ ਦਾ ਨਵ ਨਿਰਮਾਣ ਹੋਇਆ, ਰਾਮ ਲਵਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਸੰਬੰਧ ਦੇ ਵਿੱਚ 22 ਜਨਵਰੀ ਨੂੰ ਜਿਹੜੀ ਹੋ ਰਹੀ ਆ ਉਹਦੇ 'ਚ ਅੰਪੰਤਰਨ ਦੇਣ ਵਾਸਤੇ
ਲੋਕਾਂ ਦੇ ਵਿੱਚ ਇਹ ਜਾਗਰਤੀ ਇਹ ਮੈਸੇਜ ਦੇਣ ਵਾਸਤੇ ਇਹ ਸ਼ੋਭਾ ਯਾਤਰਾ ਜਿਹੜੀ ਕੱਢੀ ਗਈ ਆ, ਜਿਹਦੇ ਵਿੱਚ ਸਾਰਾ ਸ਼ਹਿਰ ਔਰ ਸਾਰੇ ਇਲਾਕੇ ਦੀ ਸੰਗਤ, ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ। ਔਰ ਮੇਰੀ ਪ੍ਰਾਰਥਨਾ ਕਿ ਜਿਹੜੇ ਹੋਣ ਵਾਲੇ 22 ਤਰੀਕ ਨੂੰ ਜਾਂ ਉਸ ਤੋਂ ਪਹਿਲਾਂ ਬਾਅਦ ਦੇ ਵਿੱਚ ਰਾਮ ਮੰਦਰ ਦੇ ਦਰਸ਼ਨ ਕਰਨ ਵਾਸਤੇ ਜਾਣ ਵਾਲੀਆਂ ਸੰਗਤਾਂ ਨੂੰ, ਸਾਰਿਆਂ ਨੂੰ ਬੇਨਤੀ ਆ ਕਿ ਇਸ ਜੋ ਸਮਾਰੋਹ ਸਾਡੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਸਾਡੇ ਚੰਗੇ ਕਰਮ ਹੈ ਕਿ ਸਮਾਂ ਸਾਨੂੰ ਦੇਖਣ ਨੂੰ ਮਿਲ ਰਿਹਾ। ਸਾਰੇ ਇਹਦੇ ਵਿੱਚ ਹਾਜ਼ਰੀਆਂ ਲਵਾ ਕੇ ਆਪਣਾ ਜਿਹੜਾ ਜੀਵਨ ਆ ਉਹਨੂੰ ਵਧੀਆ ਬਣਾਈਏ ਔਰ ਭਗਵਾਨ ਰਾਮ ਦਾ ਆਸ਼ੀਰਵਾਦ ਪ੍ਰਾਪਤ ਕਰੀਏ। ਸ਼੍ਰੀ ਰਾਮ ਅੱਜ ਸਰਹੰਦ ਵਿਖੇ ਤੁਸੀਂ ਦੇਖ ਰਹੇ ਹੋ, ਸ਼੍ਰੀ ਰਾਮ ਨਾਮ ਦੀ ਧੁੰਦ ਦੇ ਵਿੱਚ ਸਾਰਾ ਸ਼ਹਿਰ ਰਾਮਮਈ ਹੋਇਆ ਹੋਇਆ। ਅਯੋਧਿਆ ਦੇ ਵਿੱਚ ਰਾਮ ਮੰਦਿਰ ਦਾ ਜਿਹੜਾ ਨਿਰਮਾਣ ਹੋਣ ਜਾ ਸ਼ੁਭਾਰੰਭ ਹੋਣ ਜਾ ਰਿਹਾ 22 ਤਰੀਕ ਨੂੰ, ਉਸਦੇ ਸੰਬੰਧ ਦੇ ਵਿੱਚ ਅੱਜ ਅਕਸ਼ਿਤ ਜੋ ਸ਼੍ਰੀ ਅਯੋਧਿਆ ਜੀ ਤੋਂ ਵਿਸ਼ੇਸ਼ ਤੌਰ 'ਤੇ ਉਰੇ ਸਾਰੇ ਘਰਾਂ ਵਿੱਚ ਮਿੱਤਰ ਕਰਨ ਲਈ ਪਹੁੰਚ ਰਹੇ ਨੇ, ਉਸ ਖੁਸ਼ੀ ਦੇ ਵਿੱਚ ਅੱਜ ਸਾਰੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਆਪਸ ਦੇ ਵਿੱਚ ਰਲ ਕੇ ਪ੍ਰਭੂ ਰਾਮ ਨਾਮ ਦੇ ਉੱਤੇ ਇੱਕ ਅੱਜ ਵਿਸ਼ਾਲ ਸ਼ੋਭਾ ਯਾਤਰਾ ਕੱਢ ਰਹੇ ਨੇ। ਉਹਨਾਂ ਦੇ ਮਨ ਵਿੱਚ, ਕਿਉਂਕਿ ਇਹ 500 ਸਾਲ ਪੁਰਾਣਾ, ਅਸੀਂ ਆਪਣੇ ਆਪ ਨੂੰ ਬੜੇ ਬੜਭਾਗੀ ਸਮਝਦੇ ਹਾਂ ਕਿ ਸਾਨੂੰ ਉਹ ਸਮਾਂ ਪ੍ਰਾਪਤ ਹੋਇਆ ਕਿ ਅਸੀਂ ਦੇਖ ਸਕੀਏ ਪ੍ਰਭੂ ਰਾਮ ਲੱਲਾ ਜੀ ਦੇ ਮੰਦਿਰ। ਅੱਜ ਬੜੀ ਖੁਸ਼ੀ ਦੀ ਗੱਲ ਹੈ। ਇਹ ਸ਼ੋਭਾ ਯਾਤਰਾ ਸਰਹੰਦ ਰੇਲਵੇ ਰੋਡ ਤੋਂ ਹੁੰਦੀ ਹੋਈ ਪੁਲ ਤੋਂ ਪਾਰ ਕਰਕੇ ਨਰੂਲਾ ਮਾਰਕੀਟ ਦੇ ਵਿੱਚ ਜਾਂਦੀ ਹੋਈ, ਉਸ ਤੋਂ ਬਾਅਦ ਫੁਹਾਰਾ ਚੌਂਕ ਤੋਂ ਹੁੰਦੀ ਹੋਈ ਤ੍ਰਿਵੇਣੀ ਮੰਦਿਰ ਵੱਲ ਨੂੰ ਹੁੰਦੀ ਹੋਈ ਸਰਹੰਦ ਸ਼ਹਿਰ ਦਸ਼ਨਾਮੀ ਅਖਾੜਾ ਵਿਖੇ ਖਤਮ ਹੋਈ।